300 ਫੁੱਟ ਦੇ ਫਰੰਟ ਦੇ ਨਾਲ ਇੱਕ 5.5 ਕਿੱਲੇ ਦਾ ਤੁਹਾਨੂੰ ਮੈਂ ਇੱਕ ਟੱਕ ਦਿਖਾਉਣਾ ਜਿਹੜਾ ਵੱਡੀ ਮਿਣਤੀ 'ਚ ਇਹ ਸਾਰਾ ਸਫੈਦਾ ਤੁਸੀਂ ਦੇਖ ਸਕਦੇ ਹੋ। ਇਹ 2.5 ਸਾਲ ਦਾ ਜਿਹੜਾ ਸਫੈਦਾ ਵਿੱਚ ਲੱਗਾ ਔਰ ਇਹਦੇ ਵਿੱਚ ਜਿਹੜਾ ਸਰਕਾਰੀ ਬੋਰ ਦਾ ਜਿਹੜਾ ਉੱਥੇ ਮੋਗਾ ਹੈ ਉਹ ਇੱਥੇ ਝੋਨਾ ਵੀ ਹੁੰਦਾ, ਕਮਾਂਹ ਦੀ ਹੁੰਦੀ, ਨਾਲ ਜਿਹੜੇ ਹੋਰ ਲਾਗੇ ਜਿਹੜੀਆਂ ਪੈਲੀਆਂ ਉਹਨਾਂ ਵਿੱਚ ਲੱਗੇ ਹੈ। ਹਾਏ ਦੋਸਤੋ, ਮੈਂ ਦੀਪਕ ਰਾਣਾ ਡੀ ਕੇ ਪ੍ਰੋਪਰਟੀ ਐਂਡ ਕੰਸਟਰਕਸ਼ਨ ਦੇ ਚੈਨਲ 'ਤੇ ਤੁਹਾਡੇ ਨਾਲ ਰੂਬਰੂ ਹੋਇਆ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਦਸੂਹੇ ਤੋਂ ਹੁਸ਼ਿਆਰਪੁਰ ਨੂੰ ਰੋਡ ਜਾਂਦਾ ਉੱਥੇ ਸ਼ਾਮ ਚਰੱਸੀ ਸਟੇਸ਼ਨ ਤੋਂ ਲਗਭਗ 4 ਕਿਲੋਮੀਟਰ ਦੇ ਡਿਸਟੈਂਸ 'ਤੇ ਇੱਕ 18 ਫੁੱਟ ਰੋਡ ਤੋਂ ਲਗਭਗ 200 ਮੀਟਰ ਦੇ ਡਿਸਟੈਂਸ 'ਤੇ ਇੱਕ 4 ਕਰਮ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਵੱਡੀ ਮਿਣਤੀ ਵਾਲਾ। ਉਹਦੇ ਨਾਲ ਘੱਟੋ ਘੱਟ 350 ਫੁੱਟ ਦੇ ਫਰੰਟ ਦੇ ਨਾਲ ਇੱਕ 5.5 ਕਿੱਲੇ ਦਾ ਤੁਹਾਨੂੰ ਮੈਂ ਇੱਕ ਟੱਕ ਦਿਖਾਉਣਾ ਜਿਹੜਾ ਵੱਡੀ ਮਿਣਤੀ 'ਚ ਔਰ ਇਸ ਟੱਕ ਨੂੰ ਜਿਹੜਾ ਸਰਕਾਰੀ ਬੋਰ ਦਾ ਪਾਣੀ ਲੱਗਦਾ ਔਰ ਇਹਦੇ 'ਚ 2.5 ਸਾਲ ਦਾ ਜਿਹੜਾ ਸਫੈਦਾ ਇਹਦੇ 'ਚ ਲੱਗਾ, ਵਧੀਆ ਸਕੇਅਰ ਟੱਕ ਹੈ। ਆਓ ਮੈਂ ਤੁਹਾਨੂੰ ਦਿਖਾਵਾਂ ਜਿਹੜਾ ਅੰਦਰ ਤੋਂ। ਆ 350 ਫੁੱਟ ਇਸ ਰਸਤੇ ਨਾਲ ਜਿਹੜਾ ਇਹਦਾ ਫਰੰਟ ਲੱਗ ਗਿਆ, ਉਸ ਤੋਂ ਬਾਅਦ ਇਹ ਸਾਰਾ ਇੱਥੋਂ ਸ਼ੁਰੂ ਹੋ ਜਾਂਦਾ ਇਹਦੇ ਨਾਲ ਨਾਲ। ਆ ਸਾਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੱਟ ਨਾਲ ਨਾਲ ਗਈ ਹੈ। ਰਾਈਟ ਸਾਈਡ ਦਾ ਰਕਬਾ ਜਿਹੜਾ ਬਿਲਕੁਲ ਸਾਹਮਣੇ ਤੁਸੀਂ ਬਾੜ ਵਾਲੀ ਜਿਹੜੀ ਵੱਟ ਦੇਖ ਸਕਦੇ ਹੋ। ਇਸੇ ਤਰੀਕੇ ਦੇ ਨਾਲ ਬਿਲਕੁਲ ਸਕੇਅਰ ਟੱਕ ਹੁੰਦਾ ਆ, ਇੱਥੋਂ ਥੋੜ੍ਹਾ ਐਲ ਟਾਈਪ ਦੇ ਵਿੱਚ ਹੋ ਜਾਂਦਾ। ਇਹ ਸਾਰਾ ਸਫੈਦਾ ਤੁਸੀਂ ਦੇਖ ਸਕਦੇ ਹੋ, ਇਹ 2.5 ਸਾਲ ਦਾ ਜਿਹੜਾ ਸਫੈਦਾ ਵਿੱਚ ਲੱਗਾ। ਆ ਵੱਟ ਦੇ ਨਾਲ ਨਾਲ ਇੱਥੋਂ ਸਕੇਅਰ ਹੁੰਦਾ ਹੋਇਆ ਬਿਲਕੁਲ ਜਿਹੜਾ 4 ਕਰਮ ਦਾ ਰਸਤਾ ਹੈ ਉਹਦੇ ਨਾਲ ਜਾ ਕੇ ਪਰੇ ਜਾ ਕੇ ਜਿਹੜਾ ਟੱਕ ਹੈ ਮਿਲ ਜਾਂਦਾ, ਬਿਲਕੁਲ ਜਿਹੜਾ ਇਹ ਸਕੇਅਰ ਟੱਕ ਹੈ। ਔਰ ਮੇਨ ਜਿਹੜਾ ਰੋਡ ਹੈ ਹੁਸ਼ਿਆਰਪੁਰ ਤੋਂ ਦਸੂਹੇ ਵੱਲ ਨੂੰ, ਉਸ ਮੇਨ ਰੋਡ ਤੋਂ ਇੱਕ 22 ਫੁੱਟ ਦਾ 18-20 ਫੁੱਟ ਦਾ ਰੋਡ ਹੈ, ਉਸ ਰੋਡ ਤੋਂ ਲਗਭਗ ਕੋਈ 300 ਮੀਟਰ ਦੇ ਡਿਸਟੈਂਸ 'ਤੇ ਇਹ ਜਿਹੜੀ ਪ੍ਰੋਪਰਟੀ ਹੈ ਬਿਲਕੁਲ ਜੈਨੂਅਨ ਰੇਟ ਦੀ ਪ੍ਰੋਪਰਟੀ ਹੈ, ਵੱਡੀ ਮਿਣਤੀ ਹੈ। ਔਰ ਇਹਦੇ ਵਿੱਚ ਜਿਹੜਾ ਸਰਕਾਰੀ ਬੋਰ ਦਾ ਜਿਹੜਾ ਉੱਥੇ ਮੋਗਾ ਹੈ
ਉਹ ਪਾਣੀ ਬਿਲਕੁਲ ਆਲੇ ਦੁਆਲੇ ਜਿਹੜੀਆਂ ਫਸਲਾਂ ਹੈ, ਇੱਥੇ ਝੋਨਾ ਵੀ ਹੁੰਦਾ, ਕਮਾਂਹ ਦੀ ਹੁੰਦੀ, ਨਾਲ ਜਿਹੜੇ ਹੋਰ ਲਾਗੇ ਜਿਹੜੀਆਂ ਪੈਲੀਆਂ ਉਹਨਾਂ ਵਿੱਚ ਲੱਗੇ ਹੈ। ਜਿਹੜੇ ਮੇਰੇ ਵੀਰ ਇੰਟਰਸਟਡ ਹੈ ਉਹ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੋਂਟੈਕਟ ਕਰ ਸਕਦੇ ਹੈ। ਇਹਦੀ ਕੀਮਤ ਜਿਹੜੀ ਤੁਸੀਂ ਥੱਲੇ ਦੇਖ ਸਕਦੇ ਹੋ, ਕਿਸੇ ਵੀ ਤਰੀਕੇ ਦੀ ਪ੍ਰੋਪਰਟੀ ਸੇਲ ਕਰਨੀ ਹੋਵੇ ਤਾਂ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੋਂਟੈਕਟ ਕਰੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ।